ਜਸਵੰਤ ਸਿੰਘ ਕਵਲ ਦੀ ਕਹਾਣੀ ਜਿੰਨ ਬੰਸੋ ਦੀਆਂ ਅੱਖਾਂ ਪਾਣੀ ਨਾਲ ਭਰੀਆਂ ਹੋਈਆਂ ਸਨ ਜਦ ਉਸ ਮੇਰੇ ਨਹਾਉਣ ਲਈ ਪਾਣੀ ਦੀ ਭਰੀ ਬਾਲਟੀ ਕੋਠੇ ਤੇ ਲਿਆ ਕੇ ਰੱਖੀ ਬਾਲਟੀ ਰੱਖਦਿਆਂ ਪਾਣੀ ਛਲਕ ਗਿਆ ਤੇ ਨਾਲ ਹੀ ਉਹਦੇ ਹੰਝੂ ਮੈਂ ਕਦੇ ਬਾਲਟੀ ਤੇ ਕਦੇ ਉਸ ਵੱਲ ਵੇਖ ਰਿਹਾ ਸਾਂ ਹਮਦਰਦੀ ਚ ਭਸੀਜਿਆ ਮੇਰਾ ਦਿਲ ਧੜਕ ਰਿਹਾ ਸੀ ਮੈਂ ਨੂੰ ਧੀਰਜ ਦੇਣੀ ਚਾਹੁੰਦਾ ਸੀ ਪਰ ਸ਼ਬਦ ਨਹੀਂ ਸੀ ਜੁੜਦੇ ਅੰਦਰੋਂ ਮਨੁੱਖੀ ਤਰਸ ਫਿਸਿਆ ਪਿਆ ਸੀ ਕੋਈ ਗੱਲ ਵੀ ਬੰਨਸੀ ਇਉਂ ਪ੍ਰਤੀਤ ਹੋਇਆ ਜਿਵੇਂ ਉਹ ਮੇਰੇ ਦਰਦ ਵੰਡਾਉਣ ਨਾਲ ਹੋਰ ਦੁਖਾਈ ਗਈ ਸੀ ਮੈਨੂੰ ਉਹਦੇ ਦਿਲੀ ਰੋਗ ਦਾ ਪਤਾ ਸੀ ਉਸ ਸੁੱਬਰ ਨਾਲ ਖਾਂ ਪੁੰਝੀਆਂ ਤੇ ਥੱਲੇ ਸਾਬਣ ਤੇਲ ਲੈਣ ਚਲੀ ਗਈ ਮੈਂ ਕੱਪੜੇ ਲਾ ਕੇ ਜੀ ਭਿਆਣਾ ਜੇ ਪਟੜੇ ਤੇ ਣਾਉਣ ਲਈ ਬਹਿ ਗਿਆ ਬੰਸੋ ਮੇਰੀ ਸਾਲੀ ਸੀ ਪੂਰੇ 17 ਤੋਂ ਕੁਝ ਘੱਟ ਜਵਾਨ ਜਿਹੜੀ 2 ਮਹੀਨੇ ਹੋਏ ਵਿਆਹੀ ਗਈ ਸੀ ਤੇ ਉਹਦੇ ਵਿਆਹ ਪਿੱਛੋਂ ਮੈਂ ਉਹਨੂੰ ਪਹਿਲੀ ਵਾਰ ਮਿਲ ਰਿਹਾ ਸੀ ਉਹ ਹਾਲੇ ਪੂਰੀ ਤਰ੍ਹਾਂ ਜਵਾਨ ਨਹੀਂ ਸੀ ਹੋਈ ਤੇ ਨਾ ਹੀ ਉਸ ਆਪੇ ਨੂੰ ਜੀ ਭਰ ਕੇ ੱੱਕਿਆ ਸੀ ਪਰ ਉਹਦੀ ਉਹਦੀ ਜੀਵਨ ਆਸ਼ਾ ਕਿੰਨੀ ਪ੍ਰਬਲ ਹੋ ਚੁੱਕੀ ਸੀ ਵਾਸਤਵ ਚ ਮੇਰੇ ਸਾਹਿਤਕਾਰ ਹੋਣ ਨੇ ਉਸ ਅੰਦਰ ਸਵੈਮਾਨ ਜਗਾਤਾ ਸੀ ਜਿਹੜਾ ਉਸ ਉਮਰ ਦੀ ਪਿੰਡੂ ਕੁੜੀ ਚ ਪੈਦਾ ਹੋਣਾ ਅਸਲੋਂ ਅਸੰਭਵ ਸੀ ਉੱਚ ਖਿਆਲਾਂ ਦੀਆਂ ਕਿਤਾਬਾਂ ਨੇ ਮੇਰੇ ਉਤਸ਼ਾਹ ਨੇ ਉਹਨੂੰ ਇੱਕ ਨਿੱਕੀ ਸ਼ਖਸੀਅਤ ਬਣਾਤਾ ਸੀ ਹੋ ਸਕਦਾ ਹੈ ਉਹਨੇ ਆਪਣੇ ਭਵਿੱਖ ਲਈ ਇੱਕ ਸੋਹਣੀ ਦੁਨੀਆ ਚਿਤਵ ਲਈ ਹੋਈ ਪਰ ਉਹਦੀ ਅੱਪੀ ਬਣਾਏ ਸਾਰੇ ਸੁਪਨਿਆਂ ਨੂੰ ਉਹਦੇ ਵਿਆਹ ਨੇ ਤਰੋੜ ਮਰੋੜ ਸੁਟਿਆ ਵਿਆਹ ਉਹਦੀ ਜਵਾਨੀ ਨਾਲੋਂ ਕਿਤੇ ਕਾਲਾ ਹੋ ਗਿਆ ਸੀ ਤੇ ਉਹਦਾ ਦੁਹਾਜੂ ਪਤੀ ਉਸ ਨਾਲੋਂ 2.5 ਗੁਣੀ ਉਮਰ ਦਾ ਸੀ ਤੇ ਸੌਲੇ ਰੰਗ ਜਿਓ ਖਚਰਾ ਮੁਸਕਰਾਉਂਦਾ ਸੀ ਜਿਵੇਂ ਸਭ ਤੋਂ ਗੰਭੀਰ ਤੇ ਸਿਆਣਾ ਆਪਣੀ ਉਮਰ ਨਾਲ ਉਹਦਾ ਕੁਝ ਸਿਆਣਾ ਹੋਣਾ ਕੁਦਰਤੀ ਸੀ ਪਰ ਜਵਾਨੀ ਸਤਕਾਰ ਥੋੜਾ ਤੇ ਪਿਆਰ ਬਹੁਤਾ ਮੰਗਦੀ ਥੀ ਉਸ ਦਾੜੀ ਨੂੰ ਗੁੱਟੀਆਂ ਚ ਬਣ ਕੇ ਨੌਜਵਾਨ ਬਣਨ ਦੀ ਖਾਮ ਖਾ ਖੇਚਲ ਕੀਤੀ ਹੋਈ ਸੀ ਕਿਉਂਕਿ ਅੱਖਾਂ ਤੋਂ ਥੱਲੇ ਫਿਰੀ ਸਿਆਈ ਉਹਦੀ ਪੱਕੀ ਤੇ ਜਵਾਨੀ ਤੋਂ ਦੂਰ ਜਾ ਚੁੱਕੀ ਉਮਰ ਦਾ ਪਰ ਤਖ ਐਲਾਨ ਸੀ ਮੇਰਾ ਖਿਆਲ ਹੈ ਦਾੜੀ ਚਾਹੇ ਦੁਸ਼ਮਣ ਢੋਲਿਆਂ ਨੂੰ ਉਸ ਬੜੀ ਸਿਆਣਪ ਨਾਲ ਸਾਫ਼ ਕਰਦਾ ਜਾਂਦਾ ਸੀ ਬੰਸੋ ਦਾ ਪਤੀ ਮਿੰਨਾ ਵੀ ਸੀ ਤੇ ਦਿਲ ਦਾ ਭੇਤ ਕੰਜੂਸਾ ਵਾਂਗ ਦੱਬੀ ਰੱਖਦਾ ਸੀ ਜਿਹਦਾ ਬੰਸੋ ਨੂੰ ਬਧੇਰੇ ਦੁੱਖ ਹੋਇਆ ਉਹਨੂੰ ਪਹਿਲੀ ਵਾਰ ਮਿਲਿਆ ਹੀ ਉਹਦੇ ਨਾਲ ਨਫ਼ਰਤ ਹੋ ਗਈ ਫਿਰ ਮਾਪਿਆਂ ਨਾਲ ਤੇ ਉਹਦੇ ਪਿੱਛੋਂ ਆਪਣੇ ਆਪ ਨਾਲ ਉਹਦਾ ਆਲਾ ਦਵਾਲਾ ਚੰਦਰਾ ਚੰਦਰਾ ਹੋ ਗਿਆ ਸੀ ਉਹਦਾ ਆਪਣਾ ਹੈ ਹੀ ਕੀ ਸੀ ਜਿਸ ਨਾਲ ਉਹ ਪਿਆਰ ਕਰਦੀ ਸੀ ਮੈਂ ਖਿਆਲ ਕਰ ਰਿਹਾ ਸੀ ਕਿ ਹੋ ਸਕਦਾ ਹੈ ਉਹਨੂੰ ਮੇਰੇ ਨਾਲ ਨਫ਼ਰਤ ਹੋ ਗਈ ਹੋਵੇ ਕਿਉਂਕਿ ਮੈਂ ਉਹਨੂੰ ਸਧਾਰਨ ਕੁੜੀ ਨਹੀਂ ਸੀ ਰਹਿਣ ਦਿੱਤਾ ਉਹ ਆਪ ਵੀ ਸੋਚਦੀ ਹੋਏਗੀ ਕਿਉਂ ਨਾ ਉਹਦੇ ਪਿੰਡੂ ਪੁਰਾਣੇ ਖਿਆਲ ਹੀ ਰਹੀ ਤਕਲੀਫ ਇਸ ਗੱਲ ਦੀ ਸੀ ਕਿ ਉਹ ਵਿਚਾਰ ਸਕਦੀ ਸੀ ਉਹਦੀ ਕਿੰਨੇ ਕੁ ਕੀਮਤ ਹੈ ਵਿਦਿਆਰਥੀ ਦੀ ਹیثیت ਵਿੱਚ ਉਸ ਜ਼ਿੰਦਗੀ ਨੂੰ ਕਾਫੀ ਸਮਝ ਤੇ ਜਾਣ ਲਿਆ ਸੀ ਔਰਤ ਕੀ ਹੈ ਉਹਨੇ ਕੀ ਕਰਨਾ ਹੈ ਪਰ ਹੋਇਆ ਉਹਦੇ ਇਰਾਦਿਆਂ ਦੇ ਸਭ ਕੁਝ ਉਲਟ ਇੱਕ ਵਾਰ ਮੈਂ ਆਪਣੀ ਡਾਇਰੀ 'ਚ ਨੋਟ ਕੀਤਾ ਸੀ ਮੂਰਖਾਂ ਵਿੱਚ ਸਿਆਣਾ ਹੋਣ ਨਾਲੋਂ ਮਹਾਮੂਰਖ ਹੋਣਾ ਜ਼ਿੰਦਗੀ ਲਈ ਜ਼ਿਆਦਾ ਰਸਿਕ ਹੈ ਮੈਂ ਬੰਸੀ ਦੀ ਜ਼ਿੰਦਗੀ ਬਣਾਉਣ 'ਚ ਆਪਣਾ اخਲਾਕੀ ਫਰਜ਼ ਨਿਭਾਇਆ ਸੀ ਪਰ ਕਿਸਮਤ ਦੀ ਫੇਟ ਦਾ ਮਾਰਿਆ ਦੋਸ਼ੀ ਹੋ ਕੇ ਰਹਿ ਗਿਆ ਸੀ ਕਿਸਮਤ ਕਿਸਮਤ ਕੀ ਹੈ ਮੈਨੂੰ ਇਸ ਸ਼ਬਦ ਨਾਲ ਪੁਰਾਣੀ ਖੇਜ ਹੈ ਇਹ ਕੋਈ ਚੀਜ਼ ਨਹੀਂ ਸਮਾਜਿਕ ਨੁਕਸ ਹੈ ਜਿਹੜਾ ਨੌਜਵਾਨਾਂ ਦੀ ਬਣਦੀ ਸ਼ਾਨਦਾਰ ਜ਼ਿੰਦਗੀ ਨੂੰ ਕੁਚਲ ਸੁੱਟਦਾ ਨਹਾ ਕੇ ਮੈਂ ਤੌਲੀਏ ਨਾਲ ਪਿੰਡਾ ਸਾਫ਼ ਕੀਤਾ ਤੇ ਬਨੈਣ ਘੜ ਪਾਈ ਕੇਸ ਵਾਰਿਆ ਸੀ ਕਿ ਬੰਸੂ ਦੁੱਧ ਦੀ ਗੜਵੀ ਲੈ ਕੇ ਉੱਤੇ ਆਈ ਪੱਛਮ ਚ ਸੂਰਜ ਡੁੱਬ ਰਿਹਾ ਸੀ ਤੇ ਉਹਦੀ ਫਿੱਕੀ ਫਿੱਕੀ ਧੁੱਪ ਮੇਰੇ ਪਿੰਡੇ 'ਚ ਜਲੂਨ ਕਰ ਰਹੀ ਸੀ ਮੈਨੂੰ ਪ੍ਰਤੀਤ ਹੋ ਰਿਹਾ ਸੀ ਕਿ ਮੈਨੂੰ ਧੁੱਪ ਸੋਹਣਿਆ ਬਣਾ ਰਹੀ ਸੀ ਇੱਕ ਸਾਵਲਾ ਬੱਦਲ ਸੂਰਜ ਨੂੰ ਆਪਣੀ ਬੁੱਕਲ ਚ ਪਾ ਲੈਣ ਲਈ ਕਾਲਾ ਸੀ ਮੈਂ ਬੰਸੂ ਦਾ ਧਿਆਨ ਪੱਛਮ ਵੱਲ ਜਾਂਦੇ ਹਾਂ ਕਿਆ ਵੇਖ ਉਹਦੇ ਚਿਹਰੇ ਤੇ ਹਾਲੇ ਵੀ ਸਪਸ਼ਟ ਗਮ ਸੀ ਜਿਹਨੂੰ ਉਹ ਭੁਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਚਿਹਰੇ ਦੀ ਜਿਲਦ ਵਿੱਚ ਜੰਮ ਗਿਆ ਜਾਪਦਾ ਸੀ ਪੰਸੂ ਨੇ ਪੱਛਮ ਦੇ ਦ੍ਰਿਸ਼ ਨੂੰ ਸਮਝਿਆ ਨਹੀਂ ਸੀ ਮੈਂ ਦੱਸਾਂ ਉਹਦਾ ਕੀ ਮਤਲਬ ਹੈ ਮੈਂ ਆਪ ਹੀ ਉਹਦੀ ਵਿਆਖਿਆ ਕਰਨੀ ਸ਼ੁਰੂ ਕਰ ਦਿੱਤੀ ਸੂਰਜ ਤੂੰ ਐ ਤੇ ਬੱਦਲ ਤੇਰਾ ਬਸ ਜੀਤਾ ਹੁਣ ਇਹਨਾਂ ਗੱਲਾਂ 'ਚ ਕੋਈ ਸੁਖ ਸਵਾਦ ਨਹੀਂ ਰਿਹਾ ਉਸ ਅਕੇਵਾਂ ਤੇ ਤਲਖੀ ਅਨੁਭਵ ਕਰਦਿਆਂ ਕਿਆ ਪਰ ਉਹ ਧੋਰਾਤਮਾ ਤੱਕ ਗਮ ਨਾਲ ਅੰਬੀ ਪਈ ਸੀ ਮੈਨੂੰ ਮਹਿਸੂਸ ਹੋਇਆ ਕਿ ਮੈਂ ਬੜੀ ਗਲਤੀ ਕੀਤੀ ਹੈ ਮੈਨੂੰ ਇਉਂ ਨਹੀਂ ਸਿੱਖ ਆਖਣਾ ਚਾਹੀਦਾ ਮੈਂ ਉਹਦੀ ਨਫ਼ਰਤ ਨੂੰ ਵਧਾਇਆ ਹੈ ਉਹਦੇ ਜ਼ਖਮ ਨੂੰ ਹੋਰ ਡੂੰਘਿਆਂ ਕੀਤਾ ਮੈਨੂੰ ਚਾਹੀਦਾ ਸੀ ਇਹਨਾਂ ਨੂੰ ਖਿੱਚ ਕੇ ਇੱਕ ਕਰਨ ਦਾ ਯਤਨ ਕਰਦਾ ਫਿਰ ਮੈਂ ਸੋਚਿਆ ਕਿ ਮੇਰੇ ਵਿੱਚ ਸ਼ਰੀਕ ਵਾਲਾ ਜਜ਼ਬਾ ਤਾਂ ਨਹੀਂ ਆ ਗਿਆ ਇਹਦਾ ਸੱਚ ਸੀ ਜਿਹੜਾ ਮੇਰਾ ਮੇਰੀ ਜ਼ਮੀਰ ਦੇ ਕਮਜ਼ੋਰ ਪਲੜਿਆਂ ਨਾਲ ਡੋਲ ਰਿਹਾ ਸੀ ਮੈਨੂੰ ਅਜਿਆ ਨਹੀਂ ਹੋਣਾ ਚਾਹੀਦਾ ਮੈਂ ਆਪਣੇ ਆਪ ਨੂੰ ਘੂਰਿਆ ਮੈਂ ਸਿਰ ਉੱਚਾ ਚੁੱਕ ਕੇ ਬੰਸੋ ਨੂੰ ਵੇਖਿਆ ਉਹ ਚੁਬਾਰੇ ਅੱਗੇ ਵਰਾਂਡੇ ਦੀ ਕੰਧ ਨਾਲ ਢੋਲਾਈ ਖਲੋਤੀ ਸੀ ਉਹਦੇ ਪਰਲ-ਪਰਲ ਹੰਝੂ ਜਾਰੀ ਸਨ ਤੇ ਗੱਲ ਤੇ ਰੱਖੇ ਸੱਜੇ ਹੱਥ ਦੀਆਂ ਉਂਗਲਾਂ ਦੇ ਸੱਣਾ ਵਿੱਚੋਂ ਦੀ ਵਹਿ ਰਹੇ ਸਨ ਮੈਨੂੰ ਉੱਥੇ ਸੱਚਮੁੱਚ ਤਰਸ ਆ ਰਿਹਾ ਸੀ ਵਿਚਾਰੀ ਮਜਬੂਰ ਔਰਤ ਜਾਂ ਹਾਰੀ ਜਵਾਨੀ ਆਖਰ ਹੁਣ ਕੀ ਹੋ ਸਕਦਾ ਹੈ ਇਹਦਾ ਉਸਤੇ ਕੋਈ ਅਸਰ ਨਹੀਂ ਹੋਇਆ ਵਾਸਤਵ ਵਿੱਚ ਇਹ ਹਮਦਰਦੀ ਵੀ ਕੀ ਸੀ ਮੈਂ ਆਪਣਾ اخਲਾਕੀ ਫਰਜ਼ ਪੂਰਾ ਕਰ ਰਿਹਾ ਸੀ ਪਰ ਹੁਣ ਕਾਇਲ ਪੰਛੀ ਵਾਂਗ ਕੰਬੀ ਜਾ ਰਿਹਾ ਸੀ ਜਿਹੜਾ ਉਹਨੂੰ ਤੇ ਉਹਦੇ ਪਤੀ ਮਾਂ ਪਿਓ ਤੇ ਭੈਣਾਂ ਭਾਈਆਂ ਨਾਲ ਉਹਦੇਰੇ ਜਾਣਦਾ ਸੀ ਤੇ ਕਦੇ ਵੀ ਗਲਤ رائے ਨਹੀਂ ਦੇ ਸਕਦਾ ਅਜਿਹੇ ਹਾਲਤ ਚ ਮੇਰਾ ਫਰਜ਼ ਸਮਝ ਕੇ ਹਮਦਰਦੀ ਜਤਾਉਣ ਪੱਥਰ ਛੱਟ ਸੀ ਜਿਹੜੀ ਉਹ ਨਹੀਂ ਸੀ ਸਹਾਰ ਸਕਦੀ ਤੇ ਉਹਨੂੰ ਨਹੀਂ ਸੀ ਸਹਾਰਨੀ ਚਾਹੀਦੀ ਉਹ ਮੈਨੂੰ ਆਪਣੀ ਜ਼ਿੰਦਗੀ ਦਾ ਹਮਦਰਦ ਸਹਾਇਕ ਸਮਝਦੀ ਸੀ ਬੇਸ਼ੱਕ ਹਾਲਵਾ ਜੱਟ ਹੁੰਦਾ ਪਰ ਹਾਨ ਪਰਵਾਨ ਹੁੰਦਾ ਮੈਂ ਚੰਗੀ ਤਰ੍ਹਾਂ ਸਮਝਦਾ ਸੀ ਇਹ ਇਕੱਲੀ ਬੰਸੋ ਦੀ ਖਾਇਸ਼ ਨਹੀਂ ਸਗੋਂ ਹਰ ਬੇਜ਼ੁਬਾਨ ਕੁੜੀ ਦੀ ਮੰਗੇ ਇਹ ਚੰਗੀ ਆਰਥਿਕ ਹਾਲਤ ਨਾਲੋਂ ਹਾਣੀ ਸਾਥੀ ਵਧੇਰੇ ਜ਼ਰੂਰੀ ਹੈ। ਇਹ ਫਿਤਰਤ ਦੀ ਚੋਣ ਹੈ ਜਿਹੜੀ ਹਰ ਫਿਲਾਸਫਰ ਤੇ ਹਕੀਮ ਦੀ ਦਲੀਲ ਨੂੰ ਬੁਰੀ ਤਰ੍ਹਾਂ ਰੱਦ ਸੁੱਟਦੀ ਹੈ। ਪੂਰਨ ਔਰਤ ਪੂਰਨ ਮਰਦ ਦੀ ਸ਼ੈਦਾਈ ਹੈ। ਬੰਸੋ ਮੇਰੀ ਹਿੱਕ 'ਚ ਮੂੰਹ ਦੇਈ ਦੁਬਕੀ 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 ਹੁੱਕ ਕੇ ਰੋਈ ਜਾ ਰਹੀ ਸੀ ਤੇ ਮੇਰਾ ਸੱਜਾ ਹੱਥੋਂ ਦੀ ਪਿੱਠ ਤੇ ਦਲਾਸੇ ਵੱਜੋਂ ਫੱਟੜ ਪੰਛੀ ਦੇ ਪਰ ਵਾਂਗ ਕੰਬੀ ਜਾ ਰਿਹਾ ਸੀ। ਉਸ ਚ ਹਮਦਰਦੀ ਸੀ ਤੇ ਮੇਰੇ ਦਿਲ ਦੀ ਬੇਚੈਨੀ ਵੀ ਕੋ ਸਮੇਂ ਜਦ ਮੈਂ ਧੀਰਜ ਤੇ ਪਿਆਰ ਦੇ ਪੁੜਾਂ ਸਨ ਜਿਥੜਿਆ ਪਿਆ ਸਾਂ ਪਰ ਮੈਂ ਆਪਣੇ ਆਪ ਨੂੰ ਬੁਰੀ ਤਰ੍ਹਾਂ ਕੋਸ ਵੀ ਰਿਹਾ ਸੀ ਜੇ ਮੈਂ ਉਸ ਵੇਲੇ ਬੰਸੋ ਨੂੰ ਇਹ ਆਖ ਦਿੰਦਾ ਇਹ ਚੰਗਾ ਨਹੀਂ ਕੋਈ ਵੇਖ ਕੇ ਕੀ ਆਖੇਗਾ ਉਹਨੂੰ ਸਾਰੀ ਮਰਦ ਜਾਤੀ ਨਾਲ ਹੀ ਨਫ਼ਰਤ ਹੋ ਜਾਂਦੀ ਮੈਂ ਔਰਤ ਦੇ ਚੁੱਪ ਜਜ਼ਬੇ ਵਾਂਗ ਇਹ ਸਭ ਕੁਝ ਖਾਮੋਸ਼ ਪੀ ਗਿਆ ਤੇ ਰਿਸ਼ਤੇ ਤੇ ਸਮਾਜ ਦੀ ਜ਼ਾਹਰਦਾਰੀ ਲਿਹਾਜ਼ ਨਾਲੋਂ ਜ਼ਖਮੀ ਮਲੂਕ ਜਿੰਦ ਨੂੰ ਹੌਸਲਾ ਦੇਣਾ ਹੀ ਚੰਗਾ ਸਮਝਿਆ ਸੂਰਜ ਬੱਦਲ ਦੇ ਪੱਲੇ ਚਾ ਕੇ ਛੁਪ ਛੁਪ ਕੇ ਸੀ ਤੇ ਰਾਤ ਗਮ ਵਾਂਗ ਆਪਣੇ ਪਰ ਫੈਲਾ ਰਹੀ ਸੀ। ਬੰਸੋ ਦੀ ਮਾਂ ਬਾਹਰਲੇ ਘਰੋਂ ਲਵੇਰੀ ਚਾਉਣ ਲਈ ਚਲੀ ਗਈ। ਸਾਡੇ ਗੱਲਾਂ ਕਰਨ ਲਈ ਹੋਰ ਸਮਾਂ ਨਿਕਲ ਆਇਆ। ਬੰਸੋ ਦੀ ਸਹੇਲੀ ਕੁਲਦੀਪ ਨੇ ਮੈਨੂੰ ਇੱਕ ਵਾਰ ਝਿਜਕਦਿਆਂ ਦੱਸਿਆ ਸੀ ਕਿ ਬੰਸੋ ਦੀ ਖਾਸ਼ ਹੈ ਕਿ ਪ੍ਰਾਣਾ ਹੋਵੇ ਤਾਂ ਜੀਜੇ ਵਰਗਾ ਹੋਵੇ। ਉਦੋਂ ਮੈਂ ਸਮਝਿਆ ਸੀ ਕਿ ਔਰਤਾਂ ਖਾਸ ਕਰ ਕੁੜੀਆਂ ਦਾ ਦਿਮਾਗੀ ਵਿਕਾਸ ਕੁਝ ਸੌੜਾ ਹੁੰਦਾ ਹੈ। ਕੁਝ ਕਮਜ਼ੋਰੀਆਂ ਦੇ ਕਾਰਨ ਉਹ ਸਮਰਦ ਦੇ ਦਵਾਲੀ ਘੁੰਮ ਜਾਂਦੀਆਂ ਜਿਹੜਾ ਵੀ ਜ਼ਿੰਦਗੀ ਦੀ ਸਲਾਹ ਲੈ ਕੇ ਉਹਨਾਂ ਦੇ ਨੇੜੇ ਹੁੰਦਾ ਹੈ ਭਾਵੇਂ ਇਸ ਵਿੱਚ ਫਿਤਰਤ ਦਾ ਥੋੜਾ ਜਿਨਾ ਹੱਥ ਹੁੰਦਾ ਹੈ ਇਸੇ ਤਰ੍ਹਾਂ ਬੰਸੋ ਦੀ ਖਾਸ ਵੀ ਕੁਲਦੀਪ ਨੇ ਮੇਰੇ ਕੋਲ ਪ੍ਰਗਟ ਕਰ ਦਿੱਤੀ ਸੀ ਤੇ ਉਹ ਆਖਦੀ ਸੀ ਜੀਜਾ ਮੈਨੂੰ ਸੋਣਾ ਲੱਗਦਾ ਹੈ ਯਾਨੀ ਕਿਤੇ ਚੁਰਾ ਕੇ ਹੀ ਲੈ ਜਾਵਾਂ ਹਾਸਾ ਨਹੀਂ ਇਸ ਆਪਾਂ ਨੂੰ ਕਮਲਿਆਂ ਕਰ ਦਿੰਦਾ ਤੇ ਕੁਲਦੀਪ ਤੇ ਬੰਸੋ ਦੀਆਂ ਚੋਰੀ ਕੀਤੀਆਂ ਗੱਲਾਂ ਵੀ ਮੇਰੇ ਤੱਕ ਪੁੱਜ ਜਾਂਦੀਆਂ ਸਨ ਅਲੜ ਕੁੜੀਆਂ ਕੋਲੋਂ ਭੇਤ ਲੁਕਾ ਕੇ ਰੱਖੇ ਹੀ ਨਹੀਂ ਜਾਂਦੇ ਉਹ ਆਪਣੇ ਨੇੜ ਤੇੜ ਦੇ ਘਰਾਂ ਦੀਆਂ ਸਭ ਗੱਲਾਂ ਮੇਰੇ ਕੋਲ ਜਮਾ ਕਰਵਾ ਜਾਂਦੀਆਂ ਇਹ ਉਹਨਾਂ ਦੇ ਵਾਸਤੇ ਗੱਲ ਨਹੀਂ ਸੀ ਉਹਨਾਂ ਮੈਨੂੰ ਮਰਦ ਥੋੜਾ ਸੇਲੀ ਬਤਾ ਸਮਝਿਆ ਸੀ ਕੁਲਦੀਪ ਨੇ ਹੱਸਦਿਆਂ ਡਰਦਿਆਂ ਝਿਜਕਦੇ ਆ ਬੰਸੂ ਦੀ ਪਹਿਲੀ ਰਾਤ ਦੀਆਂ ਸਾਰੀਆਂ ਗੱਲਾਂ ਮੈਨੂੰ ਦੱਸ ਦਿੱਤੀਆਂ ਕਿਵੇਂ ਬੰਸੂ ਨੂੰ ਗਾਸ਼ ਪੈ ਗਈ ਉਹਦਾ ਸਰਦਾਰ ਸਾਰੀ ਰਾਤ ਉਸ ਕੋਲ ਬੈਠਾ ਰਿਹਾ ਮੈਂ ਸਾਰੀ ਗੱਲ ਬੰਸੂ ਨੂੰ ਪੁੱਛਣ ਦੀ ਦਲੇਰੀ ਕੀਤੀ ਬੰਸੀ ਉਹ ਰਾਤ ਕਿਵੇਂ ਆਈ ਸੀ ਮੇਰਾ ਖਿਆਲ ਸੀ ਕਿ ਇਸ ਸਵਾਲ ਨਾਲ ਉਹਦੇ ਇਸਤਰੀ ਜਜ਼ਬੇ ਨੂੰ ਥੋੜੀ ਸੰਗ ਜ਼ਰੂਰ ਆਏਗੀ ਪਰ ਵੱਧਦੇ ਨੇਰੇ 'ਚ ਉਹਦੇ ਚਿਹਰੇ 'ਤੇ ਹੋਰ ਨਫ਼ਰਤ ਆ ਗਈ ਜਿਹੜੀ ਮੈਂ ਉਹਦੀ ਬੁਰੀ ਤਰ੍ਹਾਂ ਹਿਲਦੇ ਅੰਗਾਂ ਤੋਂ ਪਛਾਣੀ ਔਰਤ ਜਦ ਪਿਆਰ ਕਰਦੀ ਹੈ ਤਾਂ ਸਿਰ ਤਲਵਾਇਆ ਸੋਹਣੀ ਵਾਂਗ ਚਨਾ 'ਚ ਰੁੱੜ ਜਾਂਦੀ ਹੈ ਪਰ ਨਫ਼ਰਤ ਕਰਨ ਵੇਲੇ ਜਸਮਾ ਵਾਂਗ ਵਾਂਗ ਕਬੀਲੇ ਸਮੇਤ ਕੱਟ ਮਰਦੀ ਹੈ ਮੇਰੀ ਪੁੱਛ ਨੇ ਉਹਦੇ ਦਿਮਾਗ 'ਚ ਬੇਤਰਤੀਬ ਲਹਿਰਾਂ ਹਿਲਾ ਦਿੱਤੀਆਂ ਜਿੰਨਾ ਤੇ ਕਾਬੂ ਪਾਉਣ ਦਾ ਯਤਨ ਕਰ ਰਹੀ ਸੀ ਜੀਜਾ ਜੋ ਹੁਣ ਤੱਕ ਵੇਖਿਆ ਸੀ ਉਹ ਤਾਂ ਸੁਪਨਾ ਹੀ ਹੋ ਗਿਆ ਉਹ ਹਾਸੇ ਮੁਖੌਲ ਤੇ ਚਾ ਕਿਧਰੀ ਉੱਡ ਫੁੱਡੀ ਗਈ ਵਿਆਹ ਕਰਵਾ ਕੇ ਵੀ ਭਰਮ ਹੀ ਗਵਾਇਆ ਥੋੜਾ ਰੁਕੇ ਉਸ ਹੌਕੇ ਲਿਆ ਤੀਵੀਂ ਦਾ ਕੀ ਹੈ ਉਹਦੇ ਦਿਮਾਗ 'ਚ ਗਮ ਤੇ ਰੋਸ ਦਾ ਬਰਸਾਤੀ ਦਰਿਆ ਠਾਠਾ ਮਾਰ ਰਿਹਾ ਸੀ ਜਿਹੜਾ ਮੇਰੇ ਵਰਗੇ ਹਜ਼ਾਰਾਂ ਦਲੀਲਬਾਜ਼ਾਂ ਨੂੰ ਆਪਣੀ ਵਹਿਣ ਰੋੜ ਖੜਦਾ ਉਹ ਖਿੜਕੇ ਮੁਰ ਜਾਇਆ ਫੁੱਲ ਸੀ ਜੀ ਨੂੰ ਬਹੁਤ ਅਫਸੋਸ ਇਸ ਗੱਲ ਦਾ ਸੀ ਕਿ ਉਹ ਕਲੀ ਕਿਉਂ ਨਾ ਰਹੀ ਤੀਵੀ ਦਾ ਕੀ ਹੈ ਤੋ ਸਾਫ ਪ੍ਰਗਟ ਸੀ ਜ਼ਰ ਤੇ ਜ਼ਮੀਨ ਵਾਂਗ ਤੀਵੀ ਵੀ ਮਰਦ ਦੀ ਮਲਕੀਅਤ ਹੈ ਇਸੇ ਸ਼ੱਕ ਵੀ ਕੀ ਹੈ ਮੈਂ ਤੇਰੀ ਸਾਰੀ ਬੇਦਨਾ ਚੂਸ ਲੈਣੀ ਚਾਹਨਾ ਤੈਨੂੰ ਆਪਣਾ ਆਪ ਮੇਰੇ ਅੱਗੇ ਉਲੱਦ ਕੇ ਹੌਲੀ ਹੋ ਜਾਣਾ ਚਾਹੀਦਾ ਹੈ ਇਸ ਨਾਲ ਜੀਜਾ ਕੋਈ ਫਰਕ ਨਹੀਂ ਪੈਣਾ ਇਹ ਲੰਮੀ ਤਪਦਿਕ ਹੈ ਮੌਤ ਕਿਸੇ ਦੇਣੀ ਨਹੀਂ ਤੇ ਆਪਣੀ ਮਰਜ਼ੀ ਨਾਲ ਜਿਉਣਾ ਖਤਮ ਹੋ ਗਿਆ ਉਹ ਮੇਰੇ ਮੰਜੇ ਦੀ ਪੌਂਦੀ ਪਈ ਸੀ ਤੇ ਵਿਚਾਈ ਦੇ ਕੱਡੇ ਲਾਲ ਫੁੱਲ ਨੂੰ ਘੂਰ ਰਹੀ ਸੀ ਜਿਹੜਾ ਨੇਰੇ 'ਚ ਵੀ ਥੋੜਾ ਟੈਕ ਰਿਹਾ ਸੀ ਇਹ ਠੀਕ ਨਹੀਂ ਸੀ ਕਿ ਅਜਿਹੀ ਹਾਲਤ 'ਚ ਮਨੁੱਖ ਠੀਕ ਹੀ ਹੋ ਸਕਦਾ ਮੇਰਾ ਦਿਲ ਆਖਦਾ ਸੀ ਮੈਂ ਗਲਤ ਆਖਿਆ ਉਹਦੇ ਮੁਕਾਬਲੇ 'ਚ ਨਿਰਜਾਨ ਦਲੀਲ ਦਿੱਤੀਏ ਪਰ ਮੈਂ ਆਖਣ ਲਈ ਮਜਬੂਰ ਹਾਂ ਜਿਵੇਂ ਹੋਰ ਕੁਝ ਮੈਨੂੰ ਸੁਝਿਆ ਹੀ ਨਹੀਂ ਸੀ ਮੈਂ ਤੇਰੇ ਕੋਲੋਂ ਸਭ ਹਾਲ ਸੁਣਨਾ ਹੈ ਮੈਂ ਆਪਣਾ ਆਪਣੇ ਅਸਲ ਮਨੋਰਥ ਵੱਲੋਂ ਨੂੰ ਖਿਆਲ 'ਚ ਬੌਂਦਲੀ ਨੂੰ ਖਿੱਚਿਆ ਉਹ ਥੋੜਾ ਮੁਸਕਾਈ ਜਿਵੇਂ ਉਹਦੀ ਸੰਗ ਜਾਗ ਪਈ ਸੀ ਪਰ ਇਹ ਵੀ ਬੱਦਲ ਵਾਲੀ ਰਾਤ ਵਿੱਚ ਇੱਕ ਤਾਰੇ ਦੇ ਚਮਕਣ ਵਾਂਗ ਸੀ ਮੈਨੂੰ ਕੁਲਦੀਪ ਨੇ ਥੋੜਾ ਬਹੁਤ ਦੱਸਿਆ ਪਰ ਮੈਂ ਤੇਰੇ ਕੋਲੋਂ ਸਭ ਕੁਝ ਸੁਣਨਾ ਚਾਹੁੰਦਾ ਮੈਨੂੰ ਅੱਗੇ ਵੀ ਪਤਾ ਸੀ ਵੀ ਉਹਨੂੰ ਤੇ ਟੁੱਕ ਨਹੀਂ ਪਚਿਆ ਹੁਣ ਤੈਨੂੰ ਦੱਸੇ ਬਿਨਾਂ ਬੰਸੀ ਫਿਰ ਬੇਬੇ ਜੀ ਆ ਜਾਣਗੇ ਦੇਖ ਜੀਜਾ ਤੇਰੇ ਨਾਲ ਮੋਹ ਹੈ ਤੇ ਇਸ 'ਚ ਕੋਈ ਝੂਠ ਨਹੀਂ ਅੱਗੇ ਵੀ ਤੈਨੂੰ ਬਹੁਤ ਕੁਝ ਦੱਸਿਆ ਮੈਂ ਤਾਂ ਤੇਰੇ ਕੋਲੋਂ ਕੁਝ ਲੁਕਾ ਕੇ ਰੱਖਿਆ ਹੀ ਨਹੀਂ 13 ਮੈਨੂੰ ਪਤਾ ਨਹੀਂ ਮੇਰਾ ਦੇਲ ਹੀ ਕਮਲਾ ਜੀ ਹੈ ਮੈਂ ਵਿੱਚ ਕੁਝ ਕਹਿਣਾ ਯੋਗ ਨਾ ਸਮਝਿਆ ਮੈਂ ਤਾਂ ਗੱਲ ਆਪਣੇ ਟਿਕਾਣੇ ਤੋਂ ਫਿਰ ਹਿੱਲ ਜਾਵੇ ਧੰਨਵਾਦ